ਦਵਿੰਦਰ ਸਿੰਘ ਸੇਖਾ ਦਾ ਨਾਵਲ ਪੌ ਫਟਾਲਾ ਦਾ ਦਸਵਾਂ ਅੰਗ। ਜਦੋਂ ਦਾ ਜਸਵੰਤ ਸਿੰਘ ਨੂੰ ਹਰਦੇਵ ਦੇ ਫੇਲ ਹੋਣ ਦਾ ਪਤਾ ਲੱਗਿਆ, ਉਦੋਂ ਦੀ ਉਹਦੇ ਸੱਤੀ ਕੱਪੜੀ ਅੱਗ ਲੱਗੀ ਸੀ। ਇਸ 'ਚ ਤਾਂ ਉਹਨੂੰ ਕੋਈ ਸ਼ੱਕ ਨਹੀਂ ਸੀ ਕਿ ਉਹਦਾ ਮੁੰਡਾ ਪੜ੍ਹਾਈ 'ਚ ਤੇਜ਼ ਨਹੀਂ ਸੀ, ਪਰ ਇੰਨੀ ਉਮੀਦ ਵੀ ਨਹੀਂ ਸੀ ਕਿ ਉਹ ਫੇਲ ਹੋ ਜਾਏਗਾ। ਉਹਨੂੰ ਉਹਨਾਂ ਮਾਸਟਰਾਂ 'ਤੇ ਵੀ ਦੁੱਖ ਸੀ ਜਿਹੜੇ ਕਹਿੰਦੇ ਸੀ ਵੀ ਇਹਨੂੰ ਨਕਲ ਕਰਾਉਣ 'ਚ ਕੋਈ ਕਸਰ ਨਹੀਂ ਛੱਡਣਗੇ। ਸਰਦਾਰ ਜਸਵੰਤ ਸਿੰਘ ਇਹ ਨਹੀਂ ਸੀ ਚਾਹੁੰਦਾ ਕਿ ਉਹਦਾ ਮੁੰਡਾ ਫਸਟ ਆਵੇ, ਉਹ ਤਾਂ ਸਿਰਫ ਇਹ ਚਾਹੁੰਦਾ ਸੀ ਕਿ ਦੇਵ ਜਮਾਤਾਂ ਪਾਸ ਕਰਦਾ ਜਾਵੇ। ਉਹਨੂੰ ਤਹਿਸੀਲਦਾਰ ਨਹੀਂ ਤਾਂ ਕਾਨੂੰਗੋ ਨਹੀਂ ਤਾਂ ਪਟਵਾਰੀ ਤਾਂ ਲਗਵਾ ਹੀ ਸਕਦਾ ਸੀ, ਆਖਰ ਸਰਕਾਰੀ ਦਰਬਾਰੇ ਬਣੀ ਵੀ ਤਾਂ ਕਿਸੇ ਕੰਮ ਆਉਣੀ ਹੀ ਸੀ। ਜਸਵੰਤ ਸਿੰਘ ਦੇ ਪਿਓ ਦਾਦੇ ਨੇ ਅੰਗਰੇਜ਼ਾਂ ਨਾਲ ਕਦੇ ਵਿਗਾੜੀ ਨਹੀਂ ਸੀ। ਫੌਜ 'ਚ ਬੰਦੇ ਭਰਤੀ ਕਰਵਾ ਕੇ ਸਰਕਾਰੀ ਵਿਰੋਧੀਆਂ ਨੂੰ ਪਕੜਾ ਕੇ ਉਹਨਾਂ ਨੇ ਇਨਾਮ ਹਾਸਲ ਕੀਤੇ ਸਨ। ਇਹ ਅੱਜ ਦੀ ਮਾਲਕੀ ਵੀ ਉਸੇ ਦੀ ਬਦੌਲਤ ਹੀ ਸੀ। ਅੱਗੋਂ ਜਸਵੰਤ ਸਿੰਘ ਨੇ ਵੀ ਆਪਣੇ ਵਡੇਰਿਆਂ ਦੀ ਨਕਲ ਕੀਤੀ। ਅੰਗਰੇਜ਼ ਇੱਥੋਂ ਗਏ ਤਾਂ ਦੇਸ਼ ਦੀ ਵਾਗਡੋਰ ਕਾਲੇ ਅੰਗਰੇਜ਼ਾਂ ਦੇ ਹੱਥ ਆ ਗਈ। ਜਸਵੰਤ ਸਿੰਘ ਵੀ ਪੱਕਾ ਕਾਂਗਰਸੀ ਸੀ, ਵੋਟਾਂ ਦੇ ਦਿਨਾਂ 'ਚ ਉਹਦੀ ਭੱਜ ਦੌੜ ਵੇਖਣ ਵਾਲੀ ਹੁੰਦੀ। ਇਸੇ ਸਦਕਾ ਉਹਦੀ ਪਹੁੰਚ ਸਰਕਾਰ ਤਾਂ ਸੀ ਅਤੇ ਸਰਕਾਰੀ ਕਰਮਚਾਰੀ ਖਾਸ ਕਰ ਪੁਲਿਸ ਵਾਲੇ ਪਿੰਡ ਵਿੱਚ ਆਉਣ ਤੋਂ ਪਹਿਲਾਂ ਉਸ ਤਾਂ ਪਹੁੰਚ ਕਰਦੇ। ਅੱਜ ਉਹ ਸਰਪੰਚ ਵੀ ਇਹਨਾਂ ਦੀ ਹੀ ਦੇਣ ਸੀ। ਸੋ ਇੰਨਾ ਕੁਛ ਹੋਣ ਦੇ ਬਾਵਜੂਦ ਉਹ ਆਪਣੇ ਮੁੰਡੇ ਦੇ ਫੇਲ ਹੋਣ ਦਾ ਗੁੱਸਾ ਨਾ ਕਰੇ ਤਾਂ ਕਿਉਂ? ਹਰਦੇਵ ਆਪਣੇ ਪਿਓ ਦੀ ਘੂਰ ਤੋਂ ਡਰਦਾ ਸਾਰਾ ਦਿਨ ਘਰ ਨਹੀਂ ਸੀ ਵੜਿਆ। ਆਖਰ ਬਾਹਰ ਵੀ ਕਿੰਨਾ ਕੁ ਚਿਰ ਨਿਕਲਦਾ? ਆਥਣ ਵੇਲੇ ਮੂੰਹ ਜਿਹਾ ਲਟਕਾਈ ਅੰਦਰ ਵੜਿਆ। ਉਹਨੇ ਟੇਢੀ ਅੱਖ ਨਾਲ ਬੈਠਕ ਵੱਲ ਝਾਤੀ ਮਾਰੀ, ਪਰ ਜਸਵੰਤ ਸਿੰਘ ਅੰਦਰ ਹੈ ਨਹੀਂ ਸੀ। ਉਹਦੀ ਕੁਛ ਜਾਨ 'ਚ ਜਾਨ ਆਈ, ਪਰ ਵਿਹੜੇ 'ਚ ਪੈਰ ਧਰਦਿਆਂ ਹੀ ਸਾਹਮਣੇ ਜਸਵੰਤ ਸਿੰਘ ਬੈਠਾ ਦਿਸਿਆ। ਹਰਦੇਵ ਨੂੰ ਦੇਖ ਕੇ ਉਹਦਾ ਪਾਰਾ ਹੋਰ ਉੱਚਾ ਹੋ ਗਿਆ। ਆ ਗਿਆ ਤੇਰਾ ਖਸਮ ਪੂਰੀਆਂ ਪਾ ਕੇ, ਜਸਵੰਤ ਸਿੰਘ ਆਪਣੀ ਪਤਨੀ ਵੱਲ ਵੇਖਦਾ ਹੋਇਆ ਬੋਲਿਆ। ਚਲੋ ਜਾਣ ਦਿਓ, ਹੁਣ ਜੋ ਹੋਣਾ ਸੀ ਹੋ ਗਿਆ। ਬਚਿੰਤ ਕੌਰ ਦਾ ਦਿਲ ਧੜਕ ਰਿਹਾ ਸੀ। ਇਹੋ ਜਿਹੀ ਲਾਦ ਦੇ ਤਾਂ ਟੋਟੇ ਕਰਕੇ ਖੂਹ 'ਚ ਸਿੱਟ ਦੇ, ਕੋਈ ਦੁੱਖ ਨਹੀਂ। ਜਸਵੰਤ ਸਿੰਘ ਦਾ ਦਿਲ ਕਰਦਾ ਸੀ ਕਿ ਉਹਦੀਆਂ ਲੱਤਾਂ ਤੋੜ ਦੇਵੇ, ਪਰ ਪੁੱਤ ਬਰਾਬਰ ਦਾ ਹੋਇਆ ਵੇਖ ਕੇ ਉਸ 'ਚ ਹਿੰਮਤ ਨਾ ਪਈ। ਹਰਦੇਵ ਕੰਧੋਲੀ ਨਾਲ ਲੱਗਿਆ ਪਿਓ ਦੀਆਂ ਝਿੜਕਾਂ ਸੁਣੀ ਗਿਆ। ਹੁਣ ਮੂੰਹ ਲਟਕਾਇਆ ਜਿਵੇਂ ਮਾਂ ਮਰੀ ਹੁੰਦੀ ਹੈ। ਪੁੱਠੀ ਛਾਲ ਮਾਰਦੇ ਨੂੰ ਸੰਗ ਤਾਂ ਨਹੀਂ ਆਈ? ਕੁੱਤੇ ਦਿਆ ਪੁੱਤਾ, ਕੁਛ ਪਿਓ ਦਾਦੇ ਦੀ ਵੀ ਇੱਜ਼ਤ ਦਾ ਖਿਆਲ ਕਰ। ਸਾਰਾ ਪਿੰਡਾਂ 'ਚ ਗੱਲਾਂ ਕਰਦਾ ਹੋਊ ਵੀ ਸਰਦਾਰਾਂ ਦਾ ਮੁੰਡਾ ਅੱਜ ਨਾਮ ਲੈ ਕੇ ਆਇਆ, ਉਹ ਤੇਰੇ ਨਾਲ ਤਾਂ ਮਜ਼ਬੀਆਂ ਦੀ ਲਾਦ ਹੀ ਚੰਗੀ ਹੈ। ਜਿਹੜੇ ਭੁੱਖ ਨੰਗ ਨਾਲ ਘੁਲਦੇ ਹੈ, ਇਹ ਸਹੁਰੀ ਦਾ ਖਾਂਦਾ ਪੀਂਦਾ ਟੀਟਾ ਮਾਰਦਾ, ਉਹ ਤੇਰੇ ਅਰਗੀ ਲਾਦ ਨੂੰ ਤਾਂ ਉਹਨਾਂ ਅਰਗਿਆਂ ਦੇ ਘਰ ਹੀ ਜੰਮਣਾ ਚਾਹੀਦਾ, ਤਾਂ ਹੀ ਸੁਰਤ ਟਿਕਾਣੇ ਆਵੇ। ਜਾ ਲਾਉਣੇ ਹੋ ਜਾ ਮੇਰੀਆਂ ਅੱਖਾਂ ਤੋਂ, ਨਹੀਂ ਮਾਰੂੰ ਟੰਬਾ ਚੱਕ ਕੇ ਸਿਰ 'ਚ। ਹਰਦੇਵ ਹੌਲੀ ਹੌਲੀ ਤੁਰਦਾ ਅੰਦਰ ਚਲਾ ਗਿਆ। ਬਚਿੰਤ ਕੌਰ ਵੀ ਉੱਠ ਕੇ ਉਹਦੇ ਮਗਰ ਹੀ ਗਈ। ਪੁੱਤ ਅੱਜ ਸਵੇਰ ਦਾ ਘਰ ਨਹੀਂ ਆਇਆ, ਭੁੱਖ ਤੇ ਨਹੀਂ ਲੱਗੀ? ਬਚਿੰਤ ਕੌਰ ਦਾ ਦਿਲ ਘਾਉਂ ਮਾਉਂ ਕਰ ਰਿਹਾ ਸੀ। ਚੱਲ ਉੱਠ, ਰੋਟੀ ਲਾ ਕੇ ਦੇਵਾਂ, ਖਾ ਦੋ ਬੁਰਕੀਆਂ, ਦੇਖ ਮੂੰਹ ਕਿਵੇਂ ਭੋਰਕ ਨਿਕਲਿਆ ਚਿੜੀ ਦੇ ਬੋਟ ਵਰਗਾ। ਮੈਂ ਨਹੀਂ ਖਾਣੀ ਰੋਟੀ। ਰੋਟੀ ਉਹ ਐਂ ਨਾ ਕਰ ਮੇਰਾ ਸ਼ੇਰ, ਪਿਓ ਤਾਂ ਸਭ ਕੁਛ ਕਹਿੰਦੇ ਹੁੰਦੇ ਆ, ਗੁੱਸਾ ਨਾ ਕਰ ਐਵੇਂ। ਉਹ ਵੀ ਤਾਂ ਤੇਰੇ ਫਾਇਦੇ ਲਈ ਕਲਪਦਾ ਚੰਦਰਿਆ, ਤੂੰ ਵੀ ਤਾਂ ਉਹਦੀ ਵੱਢਤੀ। ਚਾਰ ਬੰਦਿਆਂ 'ਚ ਖੜਨ ਜੋਗਾ ਨਹੀਂ ਛੱਡਿਆ, ਅੱਜ ਚਾਰੂ ਹੀ ਨਹੀਂ ਸੀ ਮਾਣ, ਗਿੱਠ ਗਿੱਠ ਬੁੜਕਦਾ ਸੀ ਧਰਤੀ ਤੋਂ। ਆਖੇ ਮੇਰਾ ਮੁੰਡਾ ਫਸਟ ਆਇਆ, ਉਹ ਮਾਪੇ ਤਾਂ ਧੀਆਂ ਪੁੱਤਾਂ ਸਿਰ 'ਤੇ ਉੱਡੇ ਫਿਰਦੇ ਆ, ਅੱਗੇ ਬਾਪੂ ਤੋਂ ਕਸਰ ਰਹਿ ਗਈ ਜਿਹੜੀ ਤੂੰ ਆ ਕੇ ਲੱਕਚਰ ਲੱਗ ਗਈ ਝਾੜਨ। ਹਰਦੇਵ ਸਿੰਘ ਹਰਦੇਵ ਮਾਂ ਨੂੰ ਝਈ ਲੈ ਕੇ ਪਿਆ। ਚੰਗਾ ਮੈਂ ਨਹੀਂ ਆਉਂਦੀ ਕੁਛ, ਚੱਲ ਉੱਠ ਰੋਟੀ ਖਾ ਬਾਹਰ ਆ ਕੇ। ਬਚਿੰਤ ਕੌਰ ਉੱਠ ਕੇ ਬਾਹਰ ਚਲੀ ਗਈ। ਹਰਦੇਵ ਨੇ ਬਾਹਰ ਝਾਤੀ ਮਾਰੀ ਤਾਂ ਉਹਦਾ ਬਾਪੂ ਬੈਠਕ 'ਚ ਜਾ ਚੁੱਕਿਆ ਸੀ। ਜਸਵੰਤ ਸਿੰਘ ਦਾ ਸਰੀਰ ਸ਼ਾਮ ਵੇਲੇ ਕੁਛ ਸੁਸਤਾ ਜਿਹਾ ਜਾਂਦਾ, ਇਹਦੇ ਇਲਾਜ ਲਈ ਉਹਨੇ ਬੈਠਕ ਵਿਚਲੀ ਅਲਮਾਰੀ 'ਚ ਇੱਕ ਕੱਚ ਦਾ ਗਲਾਸ ਰੱਖਿਆ ਸੀ। ਠੇਕੇ ਦਾ ਤਾਂ ਮਾਲਕ ਸੀ, ਬਸ ਅਚਾਰ ਦੀ ਫਾੜੀ ਚੱਕ ਦੇ ਦਾਲ ਸਬਜ਼ੀ ਦੀ ਕੌਲੀ ਲੈ ਕੇ ਉਹ ਬੈਠਕ ਅੰਦਰ ਬੈਠ ਜਾਂਦਾ, ਅਤੇ ਜਦੋਂ ਸਰੀਰ ਠੀਕ ਹੋ ਜਾਂਦਾ ਤਾਂ ਰੋਟੀ ਖਾ ਕੇ ਸੌਂ ਜਾਂਦਾ। ਹਰਦੇਵ ਹੌਲੀ ਜਿਹੀ ਉੱਠਿਆ ਅਤੇ ਬਾਹਰ ਵੱਲ ਤੁਰ ਪਿਆ। ਵੀ ਕਿੱਥੇ ਚੱਲਿਆ ਹੁਣ? ਬਚਿੰਤ ਕੌਰ ਉਹਨੂੰ ਬਾਹਰ ਜਾਂਦਾ ਦੇਖ ਕੇ ਬੋਲੇ। ਕਿਤੇ ਨਹੀਂ, ਆਉਣਾ ਹੁਣੇ, ਕਹਿੰਦਾ ਹਰਦੇਵ ਦੱਬਵੇਂ ਪੈਰੀਂ ਬਾਹਰ ਨਿਕਲ ਗਿਆ। ਉਹਦੇ ਮਨ ਨੂੰ ਇੱਕ ਅਜੀਬ ਜਿਹੀ ਅਚਵੀ ਲੱਗੀ ਹੋਈ ਸੀ। ਬਾਪੂ ਨੂੰ ਪੀਂਦਿਆਂ ਵੇਖ ਕੇ ਉਹਦਾ ਦਿਲ ਵੀ ਕੀਤਾ ਵੀ ਅੱਜ ਪੀ ਕੇ ਹੀ ਦਿਲ ਤੋਂ ਬੋਝ ਲਾਇਆ ਜਾਵੇ, ਪਰ ਲਿਆਵੇ ਕਿੱਥੋਂ? ਠੇਕੇ 'ਤੇ ਗਿਆ ਤਾਂ ਘਰ ਬਾਪੂ ਨੂੰ ਪਤਾ ਲੱਗ ਜਾਣਾ ਸੀ, ਉਹਨੇ ਬਲਕਾਰ ਨੂੰ ਮਿਲਣਾ ਠੀਕ ਸਮਝਿਆ। ਉਹ ਬਲਕਾਰ ਦੇ ਘਰ ਵੱਲ ਨੂੰ ਚੱਲ ਪਿਆ। ਬਲਕਾਰ ਘਰੋਂ ਬਾਹਰ ਨਿਕਲਦਾ ਹੀ ਉਹਨੂੰ ਮਿਲ ਪਿਆ। ਕਿੱਧਰੋਂ ਆਉਣੇ ਹੋਏ ਮੇਰੇ ਯਾਰ ਦੇ? ਬਲਕਾਰ ਖੱਚਰੀ ਜੀ ਹੱਸੀ ਹੱਸਿਆ। ਤੂੰ ਕਿੱਥੇ ਚੱਲਿਆ ਪਹਿਲਾਂ ਇਹ ਦੱਸ। ਜਾਣਾ ਕਿੱਥੇ ਆ? ਇੱਥੇ ਸੱਥ 'ਚ ਖੜ੍ਹ ਕੇ ਸੁਣਦੇ ਹਾਂ ਮੰਡੀਰ ਦੇ ਕਪੌੜ। ਛੱਡ ਤੂੰ, ਚੱਲ ਆਪਾਂ ਕਿਤੇ ਬਹਿ ਕੇ ਲਾਈਏ ਛਿੱਟ ਛਿੱਟ। ਚੱਲ ਆਪਾਂ ਤੇਰਾ ਕਿਹਾ ਕਦੋਂ ਮੋੜਦੇ ਹਾਂ? ਕਿੰਨੀ ਲੈ ਕੇ ਆਇਆ?
ਉਹ ਡੁੱਬੀ ਤਾਂ ਜੇ ਸਾਹ ਨਾ ਆਇਆ, ਜੇ ਹੁੰਦੀ ਫਿਰ ਤੇਰੇ ਕੋਲ ਹੀ ਆਉਣਾ ਸੀ, ਤੂੰ ਹੀ ਕਰ ਪ੍ਰਬੰਧ, ਫਿਰ ਸਮਝ ਲਾਂਗੇ ਆਪਾਂ। ਜਾ ਬੋਤੀ ਵਾਲਿਓਂ ਕਿਉਂ ਕਿਉਂ ਫੜ ਲਿਆ ਦੀ ਆ ਘਰ ਦੀ ਕੱਢੀ ਦਾ, ਮੈਂ ਚੱਲਦਾ ਟੂਵੈਲ 'ਤੇ, ਤੂੰ ਲੈ ਕੇ ਆ ਜਾ। ਚੱਲ ਤੂੰ, ਮੈਂ ਵੀ ਆਇਆ ਤੇਰੇ ਮਗਰੇ ਹੀ ਸਾਈਕਲ 'ਤੇ। ਬਲਕਾਰ ਦੀ ਗੱਲ ਸੁਣ ਕੇ ਹਰਦੇਵ ਚੱਕਵੇਂ ਪੈਰੀਂ ਖੇਤਾਂ ਵੱਲ ਨੂੰ ਹੋ ਤੁਰਿਆ। ਪਤਾ ਨਹੀਂ ਕਿਹੜੀ ਤਾਕਤ ਉਹਨੂੰ ਉਡਾਈ ਲਿਜਾਈ ਜਾ ਰਹੀ ਸੀ। ਉਹ ਅਜੇ ਜਾ ਕੇ ਟਿਊਬਵੈਲ ਕੋਲ ਪਹੁੰਚਿਆ ਹੀ ਸੀ ਕਿ ਜਦੋਂ ਬਲਕਾਰ ਵੀ ਪਹੁੰਚ ਗਿਆ। ਹਰਦੇਵ ਪੀਣ ਤੋਂ ਪਹਿਲਾਂ ਹੀ ਸਰੂਰ 'ਚ ਆ ਗਿਆ। ਆੜੀ ਸਿਆਂ, ਬੋਤਲ ਹੀ ਲੈ ਆਉਂਦੀ ਆ ਮੈਂ ਤਾਂ, ਬਲਕਾਰ ਸਾਈਕਲ ਖੜਾ ਕਰਦਾ ਬੋਲਿਆ। ਇੰਨੀ ਕੀ ਕਰਨੀ ਸੀ, ਜਿਹੜੀ ਪੀਤੀ ਗਈ ਪੀ ਲਾਂਗੇ, ਬਾਕੀ ਫਿਰ ਕਿਸੇ ਦਿਨ ਕੰਮ ਆਜੂ। ਚੱਲਿਆ ਉਰੇ, ਦਾਰੂ ਤਾਂ ਵਧੀਆ ਲੱਗਦੀ ਹੈ, ਤੂੰ ਐਂ ਕਰ ਦੋ ਗੰਢੇ ਪੱਟ ਲਾ, ਪੀਆਂਗੇ ਕਾਹਦੇ 'ਚ ਯਾਰ, ਗਲਾਸ ਤਾਂ ਅੰਦਰ ਹੈ, ਮੈਂ ਤਾਂ ਕੁੰਜੀ ਵੀ ਨਹੀਂ ਲਿਆਇਆ। ਹਰਦੇਵ ਨੇ ਆਸੇ ਪਾਸੇ ਨਜ਼ਰ ਘੁਮਾਈ, ਦੂਰ ਦੂਰ ਤੱਕ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਉਹ ਕੋਈ ਡੱਬਾ ਡੁੱਬਾ ਹੀ ਦੇਖ ਲਾ, ਬਾਹਰ ਪਿਆ ਤਾਂ, ਬਾਹਰ ਤਾਂ ਕੁਛ ਨਹੀਂ ਦਿੰਦਾ ਮੈਨੂੰ, ਇਹ ਤਾਂ ਕੰਮ ਮਾੜਾ ਹੀ ਹੋ ਗਿਆ। ਮਾੜਾ ਕਿਉਂ ਹੋ ਗਿਆ, ਬੋਤਲ ਨਾ ਹੀ ਚੱਲਣ ਦੇ ਕੰਮ ਵਾਰੀ, ਬੋਤਲ ਨਾਲ ਹੀ ਚੱਲਣ ਦੇ ਕੰਮ ਵਾਰੀ ਵਾਰੀ ਲਾ ਲਿਆ ਕਰਾਂਗੇ, ਨਹੀਂ ਤਾਂ ਡੱਟ 'ਚ ਪਾ ਕੇ ਪੀ ਲੈ। ਮੈਂ ਤੈਨੂੰ ਦੱਸਾਂ, ਤੂੰ ਟੱਲੀ ਲਾ ਸਾਈਕਲ ਦੀ, ਉਂਗਲ ਰੱਖ ਕੇ ਮੋਰੀ ਬੰਦ ਕਰ ਲਿਆ ਕਰਾਂਗੇ। ਆਹ ਹੋਈ ਨਾ ਗੱਲ, ਉਹ ਨਹੀਂ ਰੀਸਾਂ ਮੇਰੇ ਯਾਰ ਦੀਆਂ, ਕਹਿ ਕੇ ਬਲਕਾਰ ਨੇ ਸਾਈਕਲ ਦੀ ਘੰਟੀ ਘੁਮਾ ਕੇ ਖੋਲ੍ਹ ਦਿੱਤੀ। ਉਹਨੇ ਜਦ ਤੱਕ ਮਿੱਟੀ ਨਾਲ ਘੰਟੀ ਨੂੰ ਸਾਫ਼ ਕੀਤਾ, ਹਰਦੇਵ ਗੰਢੇ ਪੱਟ ਲਿਆ, ਚਬੱਚੇ 'ਚ ਖੜ੍ਹੇ ਪਾਣੀ 'ਚ ਧੋ ਕੇ ਛੰਡ ਲਏ। ਇੱਥੇ ਬਹਿ ਕੇ ਹੀ ਪਾਲਾ ਨਲੇ ਪਾਣੀ ਵਾਲਾ ਡੰਗ ਸਰਜੂ, ਬਲਕਾਰ ਟਿਊਬਵੈਲ ਦੇ ਕੋਲ ਬਹਿੰਦਾ ਬੋਲਿਆ। ਉਹਨਾਂ ਨੇ ਅੱਧੀ ਅੱਧੀ ਕੌਲੀ ਪੀਤੀ ਅਤੇ ਸਰੂਰ ਆਉਣ ਦਾ ਇੰਤਜ਼ਾਰ ਕਰਨ ਲੱਗੇ। ਕਾਰੀ, ਇਸ ਕਮੀਨ ਜਾਤ ਨੂੰ ਮੈਂ ਛੱਡਣਾ ਨਹੀਂ, ਮੇਰੀ ਬੇਇੱਜ਼ਤੀ ਕਰਕੇ ਉਹ ਸੌਖਾ ਨਹੀਂ ਰਹੂ। ਤੂੰ ਦੇਖੀ ਸੀ, ਮੈਂ ਉਹਨੂੰ ਇੱਦਾਂ ਦਾ ਸਬਕ ਸਿਖਾਊਂ ਜੇ ਸਾਰੀ ਉਮਰ ਭੁੱਲ ਗਿਆ ਤਾਂ ਕਹਿ ਦੀ। ਹਰਦੇਵ ਦਾ ਮਨ ਰੁਲਦੂ ਲਈ ਗੁੱਸੇ ਨਾਲ ਭਰਿਆ ਪਿਆ ਸੀ। ਉਹ ਤਾਂ ਮੇਰੇ ਖੱਬੇ ਹੱਥ ਦੀ ਮਾਰ ਆ, ਐਵੇਂ ਗਲ ਖੂਨ ਪੈਣ ਤੋਂ ਡਰੀਦਾ, ਤੂੰ ਜਿੱਦਣ ਆਖੇਂਗਾ ਉੱਦਣ ਹੀ ਦਿਖਾ ਦਿਆਂਗੇ ਪੰਜੀ ਦਾ ਭਾਣ ਉਹਨੂੰ ਤਾਂ। ਚੱਲ ਪਾ ਘੁੱਟ ਘੁੱਟ ਹੋਰ, ਉਹਨਾਂ ਨੇ ਇੱਕ ਇੱਕ ਪੈਗ ਹੋਰ ਲਾਇਆ। ਉੱਧਰ ਝਾਕ, ਉਹ ਕਿਤੇ ਰੁਲਦੂ ਤਾਂ ਨਹੀਂ ਜਾਂਦਾ, ਬਲਕਾਰ ਦੂਰ ਜਾ ਰਹੇ ਮਨੁੱਖੀ ਆਕਾਰ ਵੱਲ ਸਹਿਨਤ ਕਰਦਾ ਬੋਲਿਆ। ਉਹੀਓ ਹੀ ਹੈ ਉਹ, ਤੂੰ ਰੋਕੀ ਨਾ ਹੁਣ ਮੈਨੂੰ, ਬਸ ਦੇਖੀ ਜਾਈ ਮੈਂ ਉਹਦੀ ਬਾਬ ਕੀ ਕਰਦਾ। ਹਰਦੇਵ ਉੱਠਦਾ ਹੋਇਆ ਬੋਲਿਆ। ਬਲਕਾਰ ਨੇ ਉਹਦਾ ਹੱਥ ਫੜ ਕੇ ਫਿਰ ਬਿਠਾ ਲਿਆ। ਉਹ ਮੈਂ ਤੈਨੂੰ ਇੱਕ ਸਕੀਮ ਦੱਸਦਾ, ਉਹਨੂੰ ਆਪਾਂ ਸੱਦਦੇ ਹਾਂ ਕੋਲ, ਤੂੰ ਉਹਨੂੰ ਆਖੀ ਮੇਰੀ ਤੇਰੇ ਨਾਲ ਆੜੀ। ਉਹ ਦਿਮਾਗ ਤਾਂ ਨਹੀਂ ਹਿੱਲ ਗਿਆ ਤੇਰਾ, ਉਹ ਗੱਲ ਤਾਂ ਸੁਣ ਲਾ ਪੂਰੀ, ਤੂੰ ਕਿਹੜਾ ਪੱਕੀ ਆੜੀ ਲਾਉਣੀ ਹੈ, ਬਸ ਕਹਿ ਦੇ ਐਵੇਂ ਮੁੱਚੀ, ਉਹਨੂੰ ਘੁੱਟ ਕੇ ਪਿਆ ਦੇਵਾਂਗੇ, ਉਹਨੇ ਤਾਂ ਘੁੱਟ ਨਾਲ ਹੀ ਘੁੱਕਣ ਲੱਗ ਪੈਣਾ, ਅਤੇ ਬਸ ਫਿਰ ਫੜ ਕੇ ਵਿਹੜ ਕੇ ਆਉਂ ਖੱਸੀ ਕਰ ਦੇਵਾਂਗੇ, ਤੁਰਿਆ ਫਿਰੇ ਫਿਰ। ਗੱਲ ਠੀਕ ਆ ਤੇਰੀ, ਚੰਗਾ ਮਾਰ ਫਿਰ ਆਵਾਜ਼, ਰੁਲਦੂਆ ਉਹ ਰੁਲਦੂਆ। ਬਲਕਾਰ ਨੇ ਦੋਨੋਂ ਹੱਥਾਂ ਦਾ ਗੋਲ ਘੇਰਾ ਬਣਾ ਕੇ ਮੂੰਹ ਨਾਲ ਲਾਉਂਦਿਆਂ ਆਵਾਜ਼ ਮਾਰੀ। ਓਏ ਹੋ, ਰੁਲਦੂ ਨੇ ਜਵਾਬ ਦਿੱਤਾ। ਉਰੇ ਆਊ, ਰੁਲਦੂ ਦਾ ਘਰ ਬੈਠੇ ਦਾ ਦਿਲ ਉਕਤਾ ਜਿਹਾ ਗਿਆ ਤਾਂ ਉਹ ਖੇਤਾਂ ਵੱਲ ਤੁਰ ਪਿਆ। ਉਹਦੀ ਕਾਰਗੁਜ਼ਾਰੀ ਦਾ ਤਾਂ ਸਾਰੇ ਪਿੰਡ 'ਚ ਪਤਾ ਲੱਗ ਚੁੱਕਿਆ ਸੀ, ਹਰ ਕੋਈ ਤਾਰੀਫ ਕਰਦਾ ਸੀ। ਹੁਣ ਉਹ ਘਰ ਵੱਲ ਮੁੜ ਰਿਹਾ ਸੀ ਜਦੋਂ ਬਲਕਾਰ ਦੀ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਤਾਂ ਉਹਦਾ ਦਿਲ ਕੀਤਾ ਉਹ ਬਿਨਾਂ ਜਵਾਬ ਦਿੱਤਿਆਂ ਤੁਰ ਜਾਏ। ਉਹਨੇ ਦੇਖ ਲਿਆ ਸੀ ਵੀ ਹਰਦੇਵ ਅਤੇ ਬਲਕਾਰ ਦੋਵੇਂ ਇਸ ਲਈ ਝਗੜਾ ਕਰਨਾ ਚਾਹੁੰਦੇ ਹੋਣਗੇ, ਪਰ ਅੱਜ ਦੀ ਪ੍ਰਾਪਤੀ ਕਾਰਨ ਉਹ ਆਪਣੇ ਆਪ ਨੂੰ ਤਕੜਾ ਮਹਿਸੂਸ ਕਰ ਰਿਹਾ ਸੀ। ਉਹਨਾਂ ਵੱਲ ਚੱਲ ਪਿਆ, ਮਨ ਉਹਦਾ ਦੁਚਿੱਤੀ 'ਚ ਹੀ ਸੀ, ਕਦੇ ਪਿੱਛੇ ਮੁੜਨ ਦੀ ਸੋਚਦਾ, ਕਦੇ ਅੱਗੇ ਵਧਣ ਦੀ। ਆਖਰ ਉਹਨਾਂ ਤੋਂ 30-40 ਗਜ਼ ਦੀ ਵਿੱਥ 'ਤੇ ਹੀ ਰੁਕ ਗਿਆ। ਜੇ ਭੱਜਣ ਦੀ ਲੋੜ ਪਈ ਤਾਂ ਇੱਥੋਂ ਸੌਖਾ ਸੀ। ਦੱਸ ਕੀ ਹੈ, ਉਹ ਆ ਜਾ ਉਰੇ। ਨਹੀਂ, ਤੂੰ ਇੱਥੇ ਹੀ ਦੱਸ, ਉਹ ਐਵੇਂ ਕਿਉਂ ਮੋਕ ਮਾਰੀ ਜਾਂਦਾ, ਆ ਜਾ ਤੂੰ, ਅੱਜ ਤੋਂ ਆਪਾਂ ਆੜੀ ਹੋਏ। ਬਲਕਾਰ ਦੀ ਗੱਲ ਦਾ ਜਿਵੇਂ ਉਹਨੂੰ ਯਕੀਨ ਨਾ ਆਇਆ। ਹੁਣ ਆਪਣੀ ਕਾਹਦੀ ਲੜਾਈ ਹੈ, ਤੂੰ ਤਾਂ ਰੱਖ ਵਿਖਾਈ ਆਪਣੇ ਪਿੰਡ ਦੀ, ਐਵੇਂ ਅਸੀਂ ਤੇਰੇ ਮਗਰ ਪਏ ਰਹਿੰਦੇ ਸੀ। ਹਰਦੇਵ ਵੀ ਕਹਿੰਦਾ ਆਪਾਂ ਰੁਲਦੂ ਨੂੰ ਆੜੀ ਬਣਾ ਲੈਣਾ, ਸਾਡਾ ਉਹਨੇ ਕੀ ਵਿਗਾੜਿਆ। ਆਪਣੀ ਵਡਿਆਈ ਦੇ ਬੋਲ ਸੁਣ ਕੇ ਰੁਲਦੂ ਦਾ ਦਿਲ ਕੀਤਾ ਕਿ ਉਹ ਭੱਜ ਕੇ ਉਹਨਾਂ ਨਾਲ ਜਾ ਬੈਠੇ, ਪਰ ਉਹ ਝੱਕ ਜਿਹਾ ਗਿਆ। ਦੇਵ ਆਪ ਤਾਂ ਆਉਂਦਾ ਨਹੀਂ, ਉਹ ਆਖਦੇ ਯਾਰ ਜੇ ਇਹਦੀ ਅਜੇ ਤਸੱਲੀ ਨਹੀਂ ਹੋਈ ਤਾਂ, ਉਹ ਅੱਜ ਤੋਂ ਆਪਾਂ ਆੜੀ, ਨਾਲੇ ਵਧਾਈਆਂ ਤੈਨੂੰ ਫਸਟ ਆਉਣ ਦੀਆਂ। ਹਰਦੇਵ ਦੀ ਗੱਲ ਸੁਣ ਕੇ ਰੁਲਦੂ ਉਹਨਾਂ ਕੋਲ ਆ ਗਿਆ, ਬਲਕਾਰ ਦੇ ਕਹਿਣ 'ਤੇ ਬੈਠ ਵੀ ਗਿਆ। ਆਹ ਲੈ ਲਾ ਘੁੱਟ, ਬਲਕਾਰ ਬੋਤਲ ਦੀ ਘੰਟੀ ਦੀ ਕੌਲੀ ਅੱਗੇ ਕਰਦਾ ਬੋਲਿਆ। ਨਾ ਬਾਈ, ਇਹ ਕੰਮ ਨਹੀਂ ਕੀਤਾ ਕਦੇ, ਉਹ ਅੱਜ ਨਾ ਨਾ ਕਰੀ, ਤੇਰੇ ਫਸਟ ਆਉਣ ਦੀ ਪਾਰਟੀ ਹੈ, ਨਾਲੇ ਆਪਣੇ ਆੜੀ ਦੀ, ਭਾਵੇਂ ਇੱਕ ਘੁੱਟ ਹੀ ਲਾ ਲਾ, ਫਿਰ ਨਹੀਂ ਆਉਂਦੇ ਤੈਨੂੰ। ਉਹ ਲੈ ਲਾ ਭੋਰਾ ਯਾਰ, ਮੇਰੇ ਕਹੇ ਦਾ ਮਾਣ ਰੱਖ ਲੈ, ਹਰਦੇਵ ਨੇ ਵੀ ਸਿਫਾਰਿਸ਼ ਕੀਤੀ, ਪਰ ਮੈਂ ਕਦੇ ਪੀਤੀ ਨਹੀਂ, ਕਿਤੇ ਚਾੜੀ ਨਾ ਜਾਏ, ਉਹ ਕੱਖ ਨਹੀਂ ਹੁੰਦਾ, ਅੱਜ ਪੀ ਕੇ ਦੇਖ ਲੈ, ਨਾਲੇ ਹੁਣ ਤੂੰ ਕਾਲਜੀਏਟ ਬਣ ਜਾਣਾ, ਅਸੀਂ ਦੋਵੇਂ ਤਾਂ ਰਹਿ ਗਏ ਢੋਡਰ ਹੀ।
ਕਾਲਜ ਆਪਣੇ ਕਰਮਾਂ 'ਚ ਕਿੱਥੇ, ਨਾ ਨੌਮਣ ਤੇਲ ਹੋਵੇ ਨਾ ਰਾਧਾ ਨੱਚੇ, ਉਹਦਾ ਤੂੰ ਫਿਕਰ ਨਾ ਕਰ। ਤੂੰ ਜੱਟ ਦੀ ਜਾਰੀ ਨੂੰ ਨਹੀਂ ਦੇਖਿਆ, ਐਵੇਂ ਤਾਂ ਨਹੀਂ ਸਿਆਣੇ ਆਉਂਦੇ ਜੱਟ ਦੀ ਜਾਰੀ ਅਤੇ ਤੂਤ ਦਾ ਮੁੱਛਾ ਕਦੇ ਵਿਚਾਲਿਓ ਨਹੀਂ ਟੁੱਟਦੇ। ਹਰਦੇਵ ਆਉਂਦਾ ਸੀ, ਇਹਦੇ ਬਾਪੂ ਨੇ ਤੇਰਾ ਸਾਰਾ ਖਰਚਾ ਚੱਕ ਲੈਣਾ ਪੜ੍ਹਾਈ ਦਾ। ਬਲਕਾਰ ਦੀ ਗੱਲ ਸੁਣ ਕੇ ਰੁਲਦੂ ਦਾ ਅੰਦਰ ਬਾਹਰ ਖਿੜ ਗਿਆ। ਉਹ ਹੁਣ ਪੀਣ ਤੋਂ ਨਾਂਹ ਨਹੀਂ ਸੀ ਕਰ ਸਕਦਾ, ਨਹੀਂ ਤਾਂ ਕੀ ਪਤਾ ਹਰਦੇਵ ਆਪਣੇ ਬਾਪੂ ਨੂੰ ਰੋਕ ਹੀ ਨਾ ਦੇਵੇ। ਚੰਗਾ ਪਾ ਦੇ ਭੋ ਰੱਖ, ਜੇ ਤੁਸੀਂ ਨਹੀਂ ਮੰਨਦੇ ਤਾਂ, ਪਰ ਮੇਰੇ ਕੋਲ ਭਾਂਡਾ ਤਾਂ ਹੈ ਨਹੀਂ। ਉਹ ਇਹਨੂੰ ਪੀਣ ਵੇਲੇ ਨਹੀਂ ਸੁੱਚ ਭਿੱਟ ਹੁੰਦੀ, ਲਾ ਲਾ ਤੂੰ ਇਹਦੇ 'ਚ ਹੀ, ਇਹਦੀ ਮੋਰੀ ਜੀ ਬੰਦ ਕਰ ਲਾ ਉਂਗਲ ਨਾਲ। ਜਿਵੇਂ ਬਲਕਾਰ ਨੇ ਕਿਹਾ, ਰੁਲਦੂ ਨੇ ਉਵੇਂ ਕੀਤਾ। ਪੌਣੀ ਕੁ ਗੋਲੀ ਉਹਨੇ ਸ਼ਰਾਬ ਨਾਲ ਭਰ ਦਿੱਤੀ, ਬਾਕੀ ਆੜ 'ਚੋਂ ਖੜ੍ਹੇ ਪਾਣੀ ਦਾ ਬੁੱਕ ਭਰ ਕੇ ਉਸ 'ਚ ਪਾ ਦਿੱਤਾ। ਰੁਲਦੂ ਅੱਖਾਂ ਮੀਟ ਕੇ ਪੀ ਗਿਆ, ਪੀ ਕੇ ਉਹਨੇ ਧੁੜ ਧੁੜੀ ਜੀ ਲਈ। ਲੈ ਫੜ ਭੋਰਾ ਕੁ ਗੰਢਾ ਖਾ ਲਾ, ਰੁਲਦੂ ਨੇ ਬਲਕਾਰ ਹੱਥੋਂ ਪਿਆਜ਼ ਫੜ ਲਿਆ। ਇਹਨੂੰ ਆਉਂਦੇ ਆ ਆੜੀ, ਇੱਕ ਨੇ ਆਖੀ ਦੂਜੇ ਨੇ ਮੰਨੀ। ਸ਼ਰਾਬ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ, ਤਿੰਨੋਂ ਜਣੇ ਬੈਠੇ ਪੀਂਦੇ ਰਹੇ। ਬਲਕਾਰ ਨੇ ਜ਼ੋਰ ਦੇ ਕੇ ਇੱਕ ਕੌਲੀ ਰੁਲਦੂ ਨੂੰ ਵੱਧ ਪਿਆ ਦਿੱਤੀ, ਕਿਉਂਕਿ ਉਹ ਲੇਟ ਆਇਆ ਸੀ। ਰੁਲਦੂ ਪੂਰੀ ਤਰ੍ਹਾਂ ਲੋਰ 'ਚ ਆ ਗਿਆ। ਲੈ ਬਾਈ ਦੇਵ, ਅੱਜ ਤੋਂ ਤੂੰ ਮੇਰਾ ਬਾਈ। ਕਾਰੀ ਤੂੰ ਗਵਾਹ ਹੈ ਨਾ ਬਾਈ, ਤੂੰ ਬਸ ਤੂੰ ਤੂੰ ਹੀ ਹੈ। ਰੁਲਦੂ ਪੂਰਾ ਸ਼ਰਾਬੀ ਹੋ ਗਿਆ, ਉਹਦੀ ਜਵਾਨ ਲੜਖੜਾ ਰਹੀ ਸੀ। ਰੁਲਦੂਆ ਤੂੰ ਫਿਕਰ ਨਾ ਕਰੀਂ ਡੱਕਾ ਵੀ, ਅਸੀਂ ਤੇਰੀ ਕੰਡ ਨਹੀਂ ਲੱਗਣ ਦਿੰਦੇ। ਬਲਕਾਰ ਬੋਲਿਆ, ਕਾਰੀ ਮੈਂ ਆਖਤਾ ਅੱਜ ਤੋਂ ਤੁਸੀਂ ਦੋਵੇਂ ਮੇਰੇ ਬਾਈ। ਹਰਦੇਵ ਮੈਨੂੰ ਮਾਫ਼ ਕਰੀਂ ਜੇ ਮੈਥੋਂ ਕੋਈ ਗਲਤੀ ਹੋਈ ਹੋਵੇ ਤਾਂ। ਰੁਲਦੂ ਨੇ ਹਰਦੇਵ ਦੇ ਗੋਡੇ 'ਤੇ ਸਿਰ ਰੱਖਤਾ। ਉਹ ਸਿਰ ਚੱਕ ਜਾਰ ਕੈਮ ਹੋ ਕੇ ਬਹਿ, ਤੂੰ ਕੋਈ ਨਹੀਂ ਕੀਤੀ ਗਲਤੀ ਗੁਲਤੀ। ਹਰਦੇਵ ਉਹਦਾ ਸਿਰ ਉੱਪਰ ਚੁੱਕਦਾ ਬੋਲਿਆ, ਨਹੀਂ ਮੈਂ ਕਹਿਤਾ ਬਸ ਅੱਜ ਤੋਂ ਤੂੰ ਮੇਰਾ ਬਾਈ। ਤੂੰ ਆਖੇ ਤਾਂ ਮੈਂ ਜਾਨ ਤੇਰੇ 'ਤੇ ਜਾਨ ਮਾਰ ਦਿਆਂ। ਤੂੰ ਆਖ ਸਹੀ, ਤੂੰ ਆਖੇ ਤਾਂ ਮੈਂ ਕਹਿ ਦੂੰ ਪ੍ਰੀਤ ਨੂੰ ਬਈ ਤੂੰ ਮੇਰੇ ਯਾਰ ਹਰਦੇਵ, ਬਸ ਤੂੰ ਮੇਰਾ ਬਾਈ। ਕਾਰੀ ਤੂੰ ਗਵਾਹ ਔਰ ਰੱਬ ਸੱਚਾ ਪਾਤਸ਼ਾਹ ਗਵਾਹ, ਤੂੰ ਅੱਜ ਤੋਂ ਮੇਰਾ ਬਾਈ, ਮੈਂ ਤੇਰਾ। ਚੰਗਾ ਲੈ ਫੜ ਆ ਜਿਹੜੀ ਬਚਦੀ ਆ ਭੋਰਾ, ਐਵੇਂ ਸਰਾਪ ਦਿਓ ਪਈ ਪਾ ਪਾ ਦੇ ਪਾ ਦੇ। ਤੂੰ ਆਖੇ ਤਾਂ ਹੋ ਹਟ ਜਾਓ ਏ ਪਿੰਡ ਵਾਲਿਓ, ਹੁਰ ਥੋਡੀ ਦੀ ਓਏ। ਰੁਲਦੂ ਨੇ ਬੱਕਰਾ ਬੁਲਾਇਆ ਅਤੇ ਚੁਫਾਲ ਡਿੱਗ ਪਿਆ। ਲੈ ਬਈ ਮਿੱਤਰਾ ਆ ਪਿਆ ਤੇਰਾ ਸ਼ਿਕਾਰ, ਜਿਵੇਂ ਮਰਜ਼ੀ ਵੱਢ ਟੁੱਕ। ਬਲਕਾਰ ਨੇ ਹਰਦੇਵ ਦਾ ਮੋਢਾ ਥਾਪੜਿਆ, ਤੂੰ ਫੜ ਇਹਨੂੰ ਲੱਤਾਂ ਵੱਲੋਂ, ਮੈਂ ਚੱਕਦਾ ਸਿਰ ਵੱਲੋਂ, ਚੱਲ ਦਈਏ ਦੋ ਗੋਤੇ ਪਾਣੀ 'ਚ। ਦੋਵਾਂ ਨੇ ਉਹਨੂੰ ਚੱਕ ਲਿਆ। ਮੈਂ ਇਹਦੀਆਂ ਲੱਤਾਂ ਫੜ ਕੇ ਰੱਖਦਾ, ਤੂੰ ਸਿਰ ਡੁਬੋ ਪਾਣੀ 'ਚ, ਜੇ ਪੁੱਛੂ ਕੀ ਕਰਦੇ ਤਾਂ ਆਖਾਂਗੇ ਤੇਰੀ ਦਾਰੂ ਲਾਉਂਦੇ ਹਾਂ। ਇਹ ਆ ਲੈ ਨਾਮ ਫਸਟ ਆਉਣ ਦਾ, ਹਰਦੇਵ ਨੇ ਉਹਦੀਆਂ ਲੱਤਾਂ ਤੋਂ ਉੱਪਰਲਾ ਧੜ ਪਾਣੀ 'ਚ ਸਿੱਟਦਿਆਂ ਕਿਹਾ। ਸ਼ਰਾਬੀ ਹੋਏ ਬਲਕਾਰ ਤੋਂ ਉਹਦਾ ਭਾਰ ਸੰਭਾਲਿਆ ਨਾ ਗਿਆ, ਜਿਸ ਕਾਰਨ ਉਹਦੇ ਹੱਥੋਂ ਲੱਤਾਂ ਛੁੱਟ ਗਈਆਂ। ਰੁਲਦੂ 'ਚ ਬੱਚੇ 'ਚ ਡਿੱਗ ਪਿਆ, ਦੋਵਾਂ ਦੀ ਜਿਵੇਂ ਪੀਤੀ ਹੋਈ ਉਤਰ ਗਈ ਹੋਵੇ। ਇਹ ਕੀ ਹੋ ਗਿਆ, ਚੱਲ ਵੜ ਵਿੱਚ ਕੱਢੀਏ ਕਿਤੇ ਮਾਰੀ ਨਾ ਜਾਵੇ, ਬਲਕਾਰ ਬੋਲਿਆ। ਦੋਹਾਂ ਨੇ ਪੈਂਟਾਂ ਲਾਹੀਆਂ 'ਚ ਬੱਚੇ 'ਚ ਵੜ ਗਏ ਅਤੇ ਪਾਣੀ ਭਰਿਆ ਹੋਣ ਕਰਕੇ ਉਹਨਾਂ ਦੇ ਹੱਥ ਥੱਲੇ ਨਹੀਂ ਸੀ ਲੱਗ ਰਹੇ, ਪੈਰ ਰੁਲਦੂ ਦੀ ਦੇਹ ਨਾਲ ਛੋਹ ਰਹੇ ਸੀ। ਬਲਕਾਰ ਥੱਲੇ ਨੂੰ ਝੁਕਿਆ, ਉਹਦੇ ਨੱਕ 'ਚ ਪਾਣੀ ਵੜ ਗਿਆ। ਕੁਛ ਦੇਰ ਉਹ ਖੰਘਦਾ ਰਿਹਾ, ਉਹ ਤੈਥੋਂ ਨਿਕਲਦਾ ਤਾਂ ਕੱਢ ਲਾ, ਮੈਥੋਂ ਤਾਂ ਨਹੀਂ ਮਰਿਆ ਜਾਂਦਾ। ਬਲਕਾਰ ਬਾਹਰ ਨਿਕਲ ਆਇਆ, ਹੁਣ ਤੱਕ ਤਾਂ ਮਰ ਗਿਆ ਉਹ, ਹੁਣ ਕੀ ਕਰੀਏ। ਹਰਦੇਵ ਨੂੰ ਚਿੰਤਾ ਨੇ ਆ ਘੇਰਿਆ, ਉਹਦਾ ਸਰੀਰ ਕੰਬਣ ਲੱਗ ਪਿਆ। ਕਰਨਾ ਕੀ ਆ, ਆਪਾਂ ਨੂੰ ਕਿਹੜਾ ਕਿਸੇ ਨੇ ਦੇਖਿਆ ਇੱਥੇ ਇਕੱਠੇ ਪੀਂਦਿਆਂ ਨੂੰ, ਨਾ ਹੀ ਅਸੀਂ ਦੱਸਣਾ ਕਿਸੇ ਨੂੰ, ਸਾਨੂੰ ਕੀ ਪਤਾ ਕਿਵੇਂ ਮਰ ਗਿਆ। ਇਹ ਗੱਲ ਠੀਕ ਆ ਤੇਰੀ, ਹਰਦੇਵ ਵੀ ਬਾਹਰ ਨਿਕਲ ਆਇਆ। ਤੂੰ ਮਿੰਟੋਂ ਪਹਿਲਾਂ ਪੈਂਟ ਪਾ ਲਾ, ਆਪਾਂ ਤੁਰਦੇ ਹੋਈਏ, ਇਹ ਨਾ ਹੋਵੇ ਕਿਸੇ ਦੇ ਨਜ਼ਰੀ ਪਈਏ। ਬਲਕਾਰ ਤੇਜ਼ੀ ਨਾਲ ਪੈਂਟ ਪਾਉਂਦਾ ਬੋਲਿਆ। ਹਰਦੇਵ ਨੇ ਵੀ ਪੈਂਟ ਪਾ ਲਈ। ਕਾਰੀ ਕਿਸੇ ਕੋਲ ਗੱਲ ਨਾ ਕਰਦੀ ਕਿਤੇ, ਮੈਂ ਕਿਤੇ ਇੰਨਾ ਹੀ ਘੋਗੜ ਕੰਨਾ। ਦੋਵਾਂ ਨੇ ਇੱਕ ਵਾਰੀ ਫਿਰ 'ਚ ਬੱਚੇ ਵੱਲ ਦੇਖਿਆ, ਉੱਥੋਂ ਚੱਲ ਪਏ। ਅੰਗ 11 ਜਦ ਰਾਤ ਤੱਕ ਰੁਲਦੂ ਘਰ ਨਾ ਆਇਆ ਤਾਂ ਪਿਛਲਿਆਂ ਨੂੰ ਫਿਕਰ ਹੋਇਆ। ਚਾਰੂ ਦੀ ਤਾਂ ਜੱਡੀ ਜ਼ਮੀਨ 'ਤੇ ਨਹੀਂ ਸੀ ਲੱਗੀ, ਪਰ ਹੁਣ ਉਹਦਾ ਦਿਲ ਕਾਲਾ ਪੈ ਰਿਹਾ ਸੀ। ਇੰਨੀ ਰਾਤ ਤੱਕ ਤਾਂ ਰੁਲਦੂ ਕਦੇ ਵੀ ਬਾਹਰ ਨਹੀਂ ਸੀ ਰਿਹਾ, ਆਖਿਰ ਅੱਜ ਗਿਆ ਤਾਂ ਗਿਆ ਕਿੱਥੇ। ਚੰਨੀ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸੀ, ਜਾਣ ਲੱਗਾ ਉਹ ਕੁਝ ਕਹਿ ਕੇ ਵੀ ਨਹੀਂ ਸੀ ਗਿਆ। ਉਹਦਾ ਘਰ ਤੋਂ ਬਿਨਾਂ ਕੋਈ ਟਿਕਾਣਾ ਵੀ ਨਹੀਂ ਸੀ, ਲੱਭਣ ਜਾਂਦੇ ਤਾਂ ਜਾਂਦੇ ਕਿੱਥੇ। ਸਾਰੀ ਰਾਤ ਬੀਤ ਗਈ, ਪਰ ਨਾ ਚੰਨੀ ਨੂੰ ਨੀਂਦ ਆਈ ਨਾ ਹੀ ਚਾਰੂ ਨੂੰ। ਸਵੇਰੇ ਪਹੁ ਫਟਾਲੇ ਰੁਲਦੂ ਦੀ ਸੁਣਾਉਣੀ ਆ ਗਈ। ਤਰਖਾਣਾ ਦਾ ਮੱਗਰ ਬਾਹਰ ਗਿਆ ਟਿਊਬਵੈੱਲ 'ਤੇ ਨਹਾਉਣ ਲੱਗੇ ਨੂੰ, ਪਾਣੀ ਅੰਦਰ ਕੋਈ ਚੀਜ਼ ਨਜ਼ਰ ਆਈ। ਉਹਨੇ ਗੌਰ ਨਾਲ ਦੇਖਿਆ, ਸਾਫ਼ ਪਾਣੀ 'ਚੋਂ ਆਦਮੀ ਦੀ ਲਾਸ਼ ਪਹਿਚਾਨਣ 'ਚ ਦੇਰ ਨਾ ਲੱਗੀ, ਅਤੇ ਫਿਰ ਇਹ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਪਿੰਡ 'ਚ ਫੈਲ ਗਈ। ਰੁਲਦੂ ਦੀ ਮੌਤ ਦੀ ਖਬਰ ਸੁਣਦਿਆਂ ਚੰਨੀ ਗਸ਼ ਖਾ ਗਈ, ਚਾਰੂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਅਚਾਨਕ ਇਹ ਬਿਪਤਾ ਕਿਵੇਂ ਆ ਪਈ, ਕਦੇ ਸੋਚਿਆ ਤੱਕ ਵੀ ਨਹੀਂ ਸੀ ਵੀ ਇੱਦਾਂ ਹੋ ਜਾਏਗਾ।
ਅਜੇ ਕੱਲ੍ਹ ਵਰਗੀ ਤਾਂ ਗੱਲ ਹੈ ਜਦੋਂ ਦਸਵੀਂ ਦਾ ਦਾਖਲਾ ਮੰਗਦਾ ਫਿਰਦਾ ਸੀ। ਅਜੇ ਉਸ ਗੱਲ ਨੂੰ ਵੀ ਕਿੰਨਾ ਕੁ ਸਮਾਂ ਬੀਤਿਆ ਸੀ ਜਦੋਂ ਚਾਰੂ ਪੁੱਤਰ ਦੇ ਦਾਖਲੇ ਲਈ ਖੂਨ ਵੇਚਣ ਸ਼ਹਿਰ ਗਿਆ ਸੀ। ਅਜੇ ਕੱਲ੍ਹ ਤਾਂ ਉਸੇ ਖੂਨ ਨੇ ਥੋੜ੍ਹੀ ਜਿਹੀ ਖੁਸ਼ੀ ਦਿੱਤੀ ਸੀ, ਪਰ ਇਸ ਛੋਟੀ ਜਿਹੀ ਖੁਸ਼ੀ ਲਈ ਇੰਨਾ ਵੱਡਾ ਸਦਮਾ ਉਸ ਲਈ ਅਸਹਿ ਸੀ। ਸਾਰਾ ਵਿਹੜਾ ਉਹਨਾਂ ਦੇ ਘਰ ਜਮ੍ਹਾਂ ਹੋਇਆ ਖੜ੍ਹਾ ਸੀ। ਕਿਸੇ ਨੇ ਚੰਨੀ ਨੂੰ ਸੰਭਾਲਿਆ ਸੀ, ਕਿਸੇ ਨੇ ਚਾਰੂ ਨੂੰ, ਦੋਵੇਂ ਬਾਹਰ ਵੱਲ ਨੂੰ ਭੱਜਦੇ, ਪਰ ਇਕੱਠੇ ਹੋਏ ਲੋਕ ਉਹਨਾਂ ਦੀ ਕੋਈ ਪੇਸ਼ ਨਾ ਜਾਣ ਦਿੰਦੇ। ਉਹਨਾਂ ਨੂੰ ਡਰ ਸੀ ਕਿਤੇ ਸਦਮੇ ਨੂੰ ਨਾ ਸਹਾਰਦਿਆਂ ਉਹ ਵੀ ਕੋਈ ਕਾਰਾ ਨਾ ਕਰ ਲੈਣ। ਚਾਰ ਬੰਦੇ ਰੁਲਦੂ ਦੀ ਲਾਸ਼ ਲੈਣ ਗਏ ਸੀ। ਜਦ ਰੁਲਦੂ ਦੀ ਲਾਸ਼ ਲਿਆ ਕੇ ਵਿਹੜੇ 'ਚ ਰੱਖੀ ਗਈ ਤਾਂ ਚੰਨੀ ਗਸ਼ ਖਾ ਗਈ, ਚਾਰੂ ਭੁੱਬਾ ਮਾਰ ਉੱਠਿਆ। ਉਹਦੇ ਘਰ ਦਾ ਚਿਰਾਗ ਬੁੱਝ ਗਿਆ, ਉਹਦੀਆਂ ਆਸਾਂ ਦੀ ਢੇਰੀ ਉਹਦੇ ਵਿਹੜੇ 'ਚ ਪਈ ਸੀ। ਉਹ ਆਪਣਾ ਆਪ ਛੁਡਾ ਕੇ ਵਿਹੜੇ 'ਚ ਖੜ੍ਹੀ ਡੇਕ ਨਾਲ ਟੱਕਰਾਂ ਮਾਰਦਾ, ਲੋਕਾਂ ਲਈ ਸੰਭਾਲਣਾ ਔਖਾ ਹੋ ਗਿਆ। ਚਾਰੂ ਸਿਆਂ ਹੌਸਲਾ ਕਰ, ਡਾਢੇ ਨੂੰ ਐਵੇਂ ਭਾਉਂਦਾ ਸੀ। ਬਾਬਾ ਮੋਦਨ ਚਾਰੂ ਨੂੰ ਹੌਸਲਾ ਦੇ ਰਿਹਾ ਸੀ। ਡਾਢਾ ਵੀ ਤਾਂ ਜ਼ੁਲਮ ਕਰਦਾ ਹੈ ਬਾਬਾ, ਦੱਸ ਭਲਾ ਇਸ ਅਲੂਏ ਜਵਾਕ ਨੇ ਕਿਹੜੇ ਰੱਬ ਦੇ ਮਾਂਹ ਪੱਟੇ ਸੀ। ਘੁੱਲੇ ਭਲਵਾਨ ਨੇ ਉਦਾਸੀ 'ਚ ਸਿਰ ਹਿਲਾਇਆ, ਕਦੇ ਅੱਖ 'ਚ ਪਾਇਆ ਨਹੀਂ ਸੀ ਰੜਕਿਆ, ਇੰਨਾ ਕੂਨਾ ਮੁੰਡਾ ਸਾਰੇ ਵਿਹੜੇ 'ਚ ਨਹੀਂ ਦੇਖਣ ਨੂੰ। ਬਖਸ਼ ਲਈ ਸੱਚਿਆ ਪਾਤਸ਼ਾਹ, ਮਾਘੀ ਨੇ ਉੱਪਰ ਵੱਲ ਅੱਖਾਂ ਕਰਦਿਆਂ ਕਿਹਾ। ਦੇਖ ਲਓ ਸਾਹਮਣੇ ਪਈ ਆ ਮਿੱਟੀ, ਫਿਰ ਵੀ ਸੱਚ ਜਿਹਾ ਨਹੀਂ ਆਉਂਦਾ। ਕੱਲ੍ਹ ਸਹੁਰਾ ਅਖਬਾਰ ਜੀ ਚੱਕੀ ਫਿਰੇ, ਅਖੇ ਬਾਬਾ ਮੈਂ ਪਹਿਲਾਂ ਨੰਬਰ ਲੈ ਲਿਆ। ਮੈਂ ਕਿਹਾ ਸਾਊਆ ਹੁਣ ਕੋਈ ਅਫਸਰ ਉਫਸਰ ਲੱਗ ਜਾਏਗਾ ਕਿਤੇ। ਕਹਿੰਦਾ ਬਾਬਾ ਅਜੇ ਤਾਂ ਮੈਂ ਹੋਰ ਪੜੂੰਗਾ, ਸ਼ਹਿਰ 'ਚ ਕੀ ਪਤਾ ਸੀ, ਹੁਣ ਹੀ ਸਿਰ 'ਤੇ ਤੁਰੀ ਫਿਰਦੀ ਹੈ। ਬਾਬਾ ਮੋਦਨ ਕੱਲ੍ਹ ਦੀਆਂ ਗੱਲਾਂ ਯਾਦ ਕਰ ਰਿਹਾ ਸੀ। ਬਾਬਾ ਮੈਨੂੰ ਤਾਂ ਲੱਗਦਾ ਜਿਵੇਂ ਇਹਨੂੰ ਕਿਸੇ ਨੇ ਮਾਰਿਆ ਹੋਵੇ, ਆਪਾਂ ਪੁਲਿਸ ਕੋਲ ਰਾਪਟ ਕਰ ਦਈਏ। ਬੰਤੇ ਫੌਜੀ ਨੇ ਸਲਾਹ ਦਿੱਤੀ, ਫੌਜੀਆਂ ਕੀ ਲੋੜ ਹੈ, ਐਵੇਂ ਪੁਲਿਸ ਵਾਲੇ ਮਿੱਟੀ ਨੂੰ ਖਰਾਬ ਕਰਨਗੇ। ਇਹਦੀ ਕਿਹੜਾ ਦੁਸ਼ਮਣੀ ਸੀ ਕਿਸੇ ਨਾਲ, ਖਬਰੇ ਕਿਵੇਂ ਭਾਣਾ ਵਾਪਰ ਗਿਆ। ਮਾਘੀ ਨੇ ਕਿਹਾ 3 ਫੁੱਟ ਉੱਚੇ 'ਚ ਬੱਚੇ 'ਚ ਇਹ ਤੁਰਿਆ ਜਾਂਦਾ ਤਾਂ ਡਿੱਗ ਨਹੀਂ ਸਕਦਾ, ਮੈਨੂੰ ਤਾਂ ਕੋਈ ਗੜਬੜ ਲੱਗਦੀ ਹੈ, ਤੁਸੀਂ ਸੰਭਾਲੋ ਇਹਨਾਂ ਨੂੰ, ਮੈਂ ਤਾਂ ਤੇਜ਼ਾ ਜਾਂਦਿਆਂ ਸ਼ਹਿਰ। 1 ਘੰਟੇ ਬਾਅਦ ਪੁਲਿਸ ਪਹੁੰਚ ਗਈ ਅਤੇ ਹੁਣ ਲਾਸ਼ ਪੁਲਿਸ ਦੇ ਕਬਜ਼ੇ 'ਚ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ, ਲਾਸ਼ ਲਿਆਉਣ ਵਾਲਿਆਂ ਤੋਂ ਪੁੱਛਗਿੱਛ ਕੀਤੀ, ਟਿਊਬਵੈੱਲ ਕੋਲ ਪਈ ਖਾਲੀ ਬੋਤਲ ਅਤੇ ਘੰਟੀ ਦਾ ਖੋਲ ਆਪਣੇ ਕਬਜ਼ੇ 'ਚ ਕਰ ਲਿਆ। ਥਾਣੇਦਾਰ ਸਰਪੰਚ ਦਾ ਦੋਸਤ ਸੀ, ਉਹਨਾਂ ਦਾ ਖਾਣ ਪੀਣ ਸਾਂਝਾ ਸੀ। ਦੂਜਾ ਸਰਪੰਚ ਹੋਣ ਕਾਰਨ ਵੀ ਉਹ ਪੁਲਿਸ ਵਾਲਿਆਂ ਨਾਲ ਫਿਰ ਰਿਹਾ ਸੀ। ਪਹਿਲਾਂ ਉਹ ਚਾਰੂ ਦੇ ਘਰ ਗਿਆ, ਉਹਨੂੰ ਦਿਲਾਸਾ ਦਿੱਤਾ, ਘਟਨਾ ਉਹਦੇ ਖੇਤਾਂ 'ਚ ਵਾਪਰੀ ਸੀ, ਇਸ ਲਈ ਉਹ ਡਰ ਵੀ ਰਿਹਾ ਸੀ, ਉਹਨੂੰ ਸ਼ੱਕ ਹੋ ਰਿਹਾ ਸੀ ਕਿਤੇ ਸ਼ਰਾਰਤ ਹਰਦੇਵ ਦੀ ਨਾ ਹੋਵੇ। ਟਿਊਬਵੈੱਲ 'ਤੇ ਮੁਆਇਨਾ ਕਰਦੇ ਥਾਣੇਦਾਰ ਨੇ ਇੱਕ ਸਿਪਾਹੀ ਦੀ ਉੱਥੇ ਡਿਊਟੀ ਲਾ ਦਿੱਤੀ, ਦੂਜੇ ਨੂੰ ਉਹ ਚਾਰੂ ਦੇ ਘਰ ਬਿਠਾ ਆਇਆ, ਆਪ ਉਹ ਸਰਪੰਚ ਨਾਲ ਉਹਦੇ ਘਰ ਪਹੁੰਚ ਗਿਆ। ਮੈਂ ਦੱਸਿਆ ਇਹ ਸਿਰ ਖਪਾਈ ਤਾਂ ਸਾਰੀ ਉਮਰ ਨਹੀਂ ਮੁੱਕਣੀ, ਲੈ ਪਹਿਲਾਂ ਥਕਾਵਟ ਲਾ ਲੈ ਆਪਣੇ। ਜਸਵੰਤ ਸਿੰਘ ਨੇ ਬੋਤਲ ਮੂਹਰੇ ਰੱਖਦਿਆਂ ਕਿਹਾ, ਮੈਂ ਕਦੇ ਸਵੇਰੇ ਪੀਤੀ ਨਹੀਂ, ਲੈ ਫੜ ਗਲਾਸ, ਤੂੰ ਲਾ ਰੰਗ ਇਕੱਲਾ ਹੀ। ਸਰਦਾਰ ਇਹੋ ਜਿਹੇ ਕੰਮਾਂ ਨੂੰ ਵੇਲਾ ਨਹੀਂ ਦੇਖੀਦਾ, ਜੇ ਤੂੰ ਨਹੀਂ ਪੀਣੀ ਤਾਂ ਕੋਲ ਬਹਿ ਜਾ, ਪਾ ਕੇ ਦੇ ਦੇ, ਅਸੀਂ ਤਾਂ ਯਾਰ ਦੇ ਹੱਥੋਂ ਪੀਣੀ ਹੈ। ਥਾਣੇਦਾਰ ਦੀ ਗੱਲ ਸੁਣ ਕੇ ਸਰਦਾਰ ਨੇ ਪਾਣੀ ਮੰਗਵਾਇਆ ਅਤੇ ਗਲਾਸ ਭਰ ਕੇ ਉਹਨੂੰ ਪੇਸ਼ ਕੀਤਾ। ਅੰਦਰੋਂ ਉਹਦਾ ਮਨ ਕਾਲਾ ਪੈ ਰਿਹਾ ਸੀ, 2 ਮਿੰਟ ਦਾ ਸਮਾਂ ਮੰਗ ਕੇ ਅੰਦਰ ਗਿਆ, ਹਰਦੇਵ ਅੰਦਰ ਹੀ ਡਰ ਕੇ ਲੁਕਿਆ ਬੈਠਾ ਸੀ। ਸਰਦਾਰ ਉਹਨੂੰ ਉਠਾ ਕੇ ਪਸ਼ੂ ਵਾਲੇ ਅੰਦਰ ਇਕਾਂਤ 'ਚ ਲੈ ਗਿਆ। ਕੱਲ੍ਹ ਅਥਣੇ ਕਿੱਥੋਂ ਆਇਆ ਸੀ, ਸਰਦਾਰ ਨੇ ਸਵਾਲ ਕੀਤਾ। ਮੈਂ ਅੰਕੀ ਕਿਉਂ ਜਾਂਦਾ ਬੱਕਰੀਆਂ ਨੂੰ, ਮੈਨੂੰ ਸੱਚੋ ਸੱਚ ਦੱਸ ਦੇ, ਨਹੀਂ ਤਾਂ ਫਿਰ ਨਾ ਕੀ ਮੈਨੂੰ ਬਚਾਇਆ ਨਹੀਂ, ਹੁਣ ਤਾਂ ਥਾਣੇਦਾਰ ਬੈਠਾ ਘਰੇ। ਉਹਦੀ ਗੱਲ ਸੁਣ ਕੇ ਹਰਦੇਵ ਘਬਰਾ ਗਿਆ, ਉਸੀ ਤੂੰ ਹੀ ਮਖੌਲ ਕੀਤਾ ਸੀ। ਸੌਲਾ ਮਖੌਲ ਦਾ ਹੋਰ ਕੌਣ ਸੀ ਤੇਰੇ ਨਾਲ? ਬਲਕਾਰ ਸੀਗਾ ਚੁਬਾਰੇ ਵਾਲਿਆਂ ਦਾ। ਹਰਾਮ ਜਾਦਿਆ, ਤੈਨੂੰ ਆਪਣਾ ਟਿਊਬਵੈੱਲ ਮਿਲਿਆ ਮਾਰਨ ਨੂੰ, ਹੋਰ ਕੋਈ ਥਾਂ ਨਹੀਂ ਸੀ ਪਿੰਡ 'ਚ, ਜੰਮਣ ਨੂੰ ਪਿਆ ਸੀ। ਸਰਦਾਰ ਕ੍ਰੋਧ ਨਾਲ ਭਰਿਆ ਉੱਥੋਂ ਨਿਕਲਿਆ। ਬਚਿੰਤ ਕੌਰ ਅਚੰਭੇ ਨਾਲ ਉਹਨਾਂ ਵੱਲ ਦੇਖ ਰਹੀ ਸੀ, ਪਰ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ। ਸਰਦਾਰ ਨੇ ਪਹਿਲਾਂ ਸੋਚਿਆ ਬਲਕਾਰ ਨੂੰ ਫਸਾ ਦੇਵੇ, ਪਰ ਜੇ ਕੇਸ ਕਿਸੇ ਹੋਰ ਦੇ ਹੱਥ ਚਲਾ ਗਿਆ ਤਾਂ ਨਾਲ ਹਰਦੇਵ ਵੀ ਫਸ ਸਕਦਾ ਸੀ, ਇਸ ਲਈ ਉਹਨੇ ਗਲੋਂ ਬੁਲਾ ਲਾਣੀ ਠੀਕ ਸਮਝੀ। ਉਹਨੇ ਅੰਦਰੋਂ ਪੇਟੀ 'ਚੋਂ 2000 ਰੁਪਇਆ ਕੱਢ ਕੇ ਜੇਬ 'ਚ ਪਾ ਲਿਆ। ਮੱਖ ਕੀ ਕਰਨ ਲੱਗ ਪਿਆ ਸੀ ਸਰਦਾਰਾ, ਥਾਣੇਦਾਰ ਅੱਧੀ ਬੋਤਲ ਖਾਲੀ ਕਰੀ ਬੈਠਾ ਸੀ। ਧੰਨਵਾਦ, ਚੱਲਦਾ।